अज तेनू ये लगन लग गया भी भाई अमृतपाल सिंह दे बराबर धिर खड़ी करना हैगा वो एडा ते असीं मन लांगे उहनू भाई साहब दे बराबर। गल करन तों पहलां थोड़ा सोचिया कर, नाले थोड़ा जिहा जलूस कढ़ना बंद कर दो। मैं पहलां भी ये कहना चाहीदा जे किसे नूं चाहीदा मैं FIR दी कापी कढ़ा के सलेम टावरी थाने चों तुहानूं दे दूंगा भी इहदे ते चिट्टे दा परचा वेचण दा रमनदीप सिंह निहंग ते, और इहदे च कोई भी अथेंटिक रूप नहीं हैगा भी जो इहने अमृत छकिया होवे, ना कोई उहदा प्रूफ है ना कुछ होर है। उत्थे जाके किसे दी हत्थ वढ़ता है ना जलूस कढ़दे फिरी जाए वह गल्लां छड़ दो, वधिया रहोंगे। वीडियो नूं इन्ना क शेयर करियो कि तां तक रमनदीप कोल पहुँच जावे भी जे तूं अजे तक नहीं लौट आया ਤੇ ਫਿਰ ਅਸੀਂ ਦੁਬਾਰੇ ਤੇਰਾ ਸਾਰਾ ਕੁਝ ਸਿਸਟਮ ਲਮੂਰੇ ਲਿਆਵਾਂਗੇ। ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਕੀ ਹਾਲ ਚਾਲ ਨੇ, ਠੀਕ ਠਾਕ? ਮੈਂ ਅੱਜ ਇਸ ਦੀ ਲਈ ਵੀਡੀਓ ਤਾਂ ਬਣਾਉਣ ਲੱਗਿਆ ਸੀਗਾ ਜਿਹੜਾ ਕੱਲ ਰਮਨਦੀਪ ਸਿੰਘ ਨਿਹੰਗ ਤੇ ਉਹਦਾ ਵਿੱਕੀ ਥੋਮਸ ਦੀ ਜਿਹੜੀ ਆਪਸ 'ਚ ਲੜਾਈ ਹੋਈ ਹੈ ਜੋ ਇਹਨਾਂ ਨੇ ਜਲੂਸ ਕੱਢਿਆ। ਮੈਂ ਕੋਈ ਵਿੱਕੀ ਥੋਮਸ ਦਾ ਸਪੋਰਟਰ ਨਹੀਂ ਹੈਗਾ, ਨਾ ਮੈਨੂੰ ਕੋਈ ਵਧੀਆ ਇੰਨਾ ਜ਼ਿਆਦਾ ਵਧੀਆ ਲੱਗਦਾ। ਠੀਕ ਆ ਆਪਣੇ ਲੈਵਲ ਦੇ ਕੰਮ ਕਰਦਾ, ਕਿਸੇ ਨੂੰ ਗੱਲ ਕਹਿਣ ਦਾ ਤਰੀਕਾ ਹੁੰਦਾ, ਉਹ ਸਿੱਧਾ ਜਾ ਕੇ ਕਹਿੰਦਾ ਜੇ ਨਹੀਂ ਤੋ ਸ਼ਸਤਰ ਉਠਾ ਲੂੰਗਾ, ਐਸੇ ਗੱਲਾਂ ਮਤਲਬ ਰੋਗ ਜੇ ਵਾਂਗੂ ਗੱਲ ਕਰਦਾ। ਪਹਿਲਾਂ ਜਾ ਕੇ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਰਮਨਦੀਪ ਬਾਰੇ ਮੈਂ ਪਹਿਲਾਂ ਵੀ ਵੀਡੀਓ ਪਾਉਣਾ ਚਾਹੁੰਦਾ ਸੀਗਾ, ਮੈਨੂੰ ਬਹੁਤ ਕੁਛ ਪਤਾ ਕਿਉਂਕਿ ਮੈਂ ਲੁਧਿਆਣੇ ਦੇ ਨਾਲ ਰਿਲੇਟਡ ਆ, ਮੇਰਾ ਬਹੁਤ ਸਾਰਾ ਪਰਿਵਾਰ ਅਤੇ ਮੇਰੇ ਯਾਰ ਦੋਸਤ ਸਾਰੇ ਲੁਧਿਆਣੇ 'ਚ ਰਹਿੰਦੇ ਨੇ ਹੈ ਨਾ। ਅਤੇ ਮੈਂ ਸਲੇਮ ਟਾਵਰੀ ਦੇ ਵਿੱਚ ਪ੍ਰਧਾਨ ਜੀ ਹੋਣਾ ਦੇ ਪਰਚੇ ਨੇ ਉਹ ਵੀ ਚਿੱਟੇ ਦੇ, ਜਿਹੜੇ ਅੱਜ ਜਾ ਕੇ ਲੋਕਾਂ ਦੇ ਘਰੇ ਟਰੈਵਲ ਏਜੰਟ ਨੇ ਠੱਗੀ। ਠੀਕ ਆ ਕਿਸੇ ਦਾ ਸਾਥ ਦਿਓ ਪਰ ਸਬੂਤ ਦੇ ਆਧਾਰ 'ਤੇ, ਆਪਣੇ ਲਾਲਚ ਅਨੁਸਾਰ ਨਹੀਂ। ਜਿਹੜੀ ਉਹ ਵਿੱਕੀ ਥੋਮਸ ਗੱਲ ਕਹਿੰਦਾ ਵੀ ਇਹਨੇ 10,000 ਰੁਪਈਆ ਆਪਣੇ ਤੋਂ ਲਿਆ ਸੀਗਾ ਬੰਦਿਆਂ ਤੋਂ ਮੰਗੂ ਮੱਠ ਤੋਂ ਉੱਤਰ, ਅਤੇ ਉਹ ਵੀ ਗੱਲ ਸੱਚ ਹੈ। ਇਹ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੇ ਕਿ ਉਹਨੂੰ ਪਤਾ ਲੱਗ ਜਾਵੇ। ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜੇ ਆਪਸੀ ਰੰਜਿਸ਼ ਹੈ ਤਾਂ ਉਹ ਰੱਖੋ, ਆਪਸੀ ਜਲੂਸ ਨਾ ਕੱਢੋ। ਕਿੰਨੀ ਪਵਿੱਤਰ ਜਗ੍ਹਾ 'ਤੇ ਜਾ ਕੇ ਤੁਸੀਂ ਕੱਲ੍ਹ ਕੀ ਕੁਛ ਸੰਗਤਾਂ ਨੂੰ ਉੱਥੇ ਦਿਖਾਇਆ ਦਰਬਾਰ ਸਾਹਿਬ 'ਚ ਜਾ ਕੇ, ਮੈਨੂੰ ਠੀਕ ਲੱਗਦਾ। ਮੈਂ ਹਾਂ ਇੱਦਾਂ ਹੀ ਬੋਲਦਾ ਜਿਹਨਾਂ ਨੂੰ ਲੱਗਦਾ ਵੀ ਇਹ ਗਲਤ, ਜਿੱਦਾਂ ਮੈਨੂੰ ਜੋ ਗਲਤ ਲੱਗੂਗਾ ਮੈਂ ਉਹਦਾ ਵਿਰੋਧ ਕਰੂੰਗਾ। ਇਹ ਚੀਜ਼ ਬਹੁਤ ਗਲਤ ਹੈ, ਇਹ ਬਿਲਕੁਲ ਵੀ ਹੋਣੀ ਨਹੀਂ ਚਾਹੀਦੀ ਵੀ ਜੋ ਇਹਨਾਂ ਨੇ ਆ ਕੁਛ ਕੀਤਾ। ਪਹਿਲਾਂ ਇੱਕੋ ਥਾਲੀ 'ਚ ਖਾ ਕੇ ਹੈ ਨਾ, ਉਹ ਕਹਿੰਦਾ ਵੀ ਮੈਂ ਕਛਹਿਰੇ ਵੀ ਇਹਦੇ ਬੰਨੇ ਆ ਅਤੇ ਇਹਨੂੰ ਮੈਂ ਦਮਾਲਾ ਸਿਖਾਇਆ, ਅਤੇ ਮੁੜ ਕੇ ਤੁਸੀਂ ਆ ਕੁਛ ਕਰਨ ਲੱਗੇ ਹੋਏ ਹੋ ਵੀ ਮੈਂ ਸੂਰ ਲਿਆ ਕੇ ਖਾਧਾ, ਇਹਨੇ ਵੀ ਸੂਰ ਖਾਧਾ, ਮੈਂ ਵੀ ਸੂਰ ਖਾਧਾ। ਬਹੁਤ ਚੰਗੀਆਂ ਗੱਲਾਂ ਨੇ। ਅੱਜ ਤੈਨੂੰ ਇਹ ਲੱਗਣ ਲੱਗ ਗਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਧਿਰ ਖੜੀ ਕਰਨਾ ਹੈਗਾ ਉਹ ਐਡਾ, ਅਤੇ ਅਸੀਂ ਮੰਨ ਲਾਂਗੇ ਉਹਨੂੰ ਭਾਈ ਸਾਹਿਬ ਦੇ ਬਰਾਬਰ। ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਸੋਚਿਆ ਕਰ, ਨਾਲੇ ਥੋੜ੍ਹਾ ਜਿਹਾ ਜਲੂਸ ਕੱਢਣਾ ਬੰਦ ਕਰ ਦਿਓ। ਮੈਂ ਪਹਿਲਾਂ ਵੀ ਇਹ ਕਹਿਣਾ ਚਾਹੀਦਾ ਜੇ ਕਿਸੇ ਨੂੰ ਚਾਹੀਦਾ ਮੈਂ FIR ਦੀ ਕਾਪੀ ਕਢਾ ਕੇ ਸਲੇਮ ਟਾਵਰੀ ਥਾਣੇ 'ਚੋਂ ਤੁਹਾਨੂੰ ਦੇ ਦੂੰਗਾ ਵੀ ਇਹਦੇ 'ਤੇ ਚਿੱਟੇ ਦਾ ਪਰਚਾ ਵੇਚਣ ਦਾ ਰਮਨਦੀਪ ਸਿੰਘ ਨਿਹੰਗ 'ਤੇ, ਔਰ ਇਹਦੇ 'ਚ ਕੋਈ ਵੀ ਅਥੈਂਟਿਕ ਰੂਪ ਨਹੀਂ ਹੈਗਾ ਵੀ ਜੋ ਇਹਨੇ ਅੰਮ੍ਰਿਤ ਛਕਿਆ ਹੋਵੇ, ਨਾ ਕੋਈ ਉਹਦਾ ਪਰੂਫ ਹੈ ਨਾ ਕੁਛ ਹੋਰ ਹੈ। ਉੱਥੇ ਜਾ ਕੇ ਕਿਸੇ ਦੀ ਹੱਥ ਵੱਢਤਾ ਹੈ ਨਾ ਜਲੂਸ ਕੱਢਦੇ ਫਿਰੀ ਜਾਏ, ਉਹ ਗੱਲਾਂ ਛੱਡ ਦਿਓ, ਵਧੀਆ ਰਹੋਗੇ। ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰਿਓ ਕਿ ਤਾਂ ਤੱਕ ਰਮਨਦੀਪ ਕੋਲ ਪਹੁੰਚ ਜਾਵੇ ਵੀ ਜੇ ਤੂੰ ਅਜੇ ਤੱਕ ਨਹੀਂ ਲੋਟ ਆਇਆ ਤਾਂ ਫਿਰ ਅਸੀਂ ਦੁਬਾਰੇ ਤੇਰਾ ਸਾਰਾ ਕੁਛ ਸਿਸਟਮ ਲਮੂਰੇ ਲਿਆਵਾਂਗੇ। ਠੀਕ ਆ, ਕਿਸੇ ਨਾਲ ਜਾ ਕੇ ਧੱਕੇਸ਼ਾਹੀ ਕਰਨੀ, ਆਪਣਾ ਤੁਸੀਂ ਜਲੂਸ ਕਢਾਉਂਦੇ ਹੋ ਫਿਰ ਤੁਸੀਂ ਕੌਮ ਦਾ ਜਲੂਸ ਕਢਾਉਂਦੇ ਹੋ ਵੀ ਨਿਹੰਗ ਸਿੰਘ ਆਹ ਕੁਛ ਕਰਦੇ ਨੇ, ਇੱਦਾਂ ਕਰਦੇ, ਉੱਦਾਂ ਕਰਦੇ। ਥੋੜ੍ਹਾ ਬਹੁਤਾ ਕਹਿਣੇ 'ਚ ਸਹਿਚਾਰ 'ਚ ਰੱਖੋ, ਸਹਿਚਾਰ 'ਚ ਰਹੋ ਵੀ ਕੋਈ ਤੁਹਾਨੂੰ ਗੱਲ ਕਹਿਣ ਲੱਗੇ ਸੋਚੇ, ਥੱਲੇ ਕਮੈਂਟ ਪੜਿਆ ਕਰੋ। ਜੇ ਪੋਸਟਾਂ ਪਾਉਂਦੇ ਹੋ ਨਾ ਤੂੰ ਸ਼ਹਿਰਿਆਂ ਪੱਤਰਕਾਰ ਨੂੰ ਕਹਿ ਰਿਹਾ ਡੇਲੀ ਪੋਸਟ ਵਾਲਿਆਂ ਨੂੰ ਵੀ ਉਹਨੂੰ ਲੱਗਣ ਲੱਗ ਗਿਆ ਵੀ ਮੈਂ ਫੇਮਸ ਹੋਣ ਲੱਗ ਗਿਆ। ਇਹ ਫੇਮਸ ਹੋਣ ਵਾਲੀਆਂ ਗੱਲਾਂ ਨੇ, ਸੇਵਾ ਫੇਮਸ ਹੋਣ ਨਾਲ ਹੁੰਦੀ ਹੈ ਵੀ ਮੈਂ ਫੇਮਸ ਹੋ ਗਿਆ, ਤੂੰ ਫੇਮਸ ਹੋ ਗਿਆ, ਉਹ ਉਹਨੂੰ ਲੱਗ ਰਿਹਾ ਵੀ ਮੈਂ ਅੱਗੇ ਪਹੁੰਚ ਗਿਆ। ਜੇ ਤੁਸੀਂ ਸਹੀ ਜਾਬਤੇ 'ਚ ਰਹੋਗੇ, ਦੁਨੀਆਦਾਰੀ ਇਨਸਾਨੀਅਤ ਨਾਲ ਵਰਤੋਂਗੇ ਤਾਂ ਆਪੇ ਤੁਸੀਂ ਫੇਮਸ ਹੋ ਜਾਓਗੇ। ਠੀਕ ਆ, ਹੁਣ ਅਸੀਂ ਕੰਮ ਵੀ ਕਰ ਰਹੇ ਹਾਂ, ਸੇਵਾ ਵੀ ਕਰ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਸਾਡੇ 'ਤੇ ਤਾਂ ਕੋਈ ਐਲੀਗੇਸ਼ਨ ਲੱਗਿਆ ਹੈ ਨਹੀਂ, 8 ਮਹੀਨੇ ਹੋ ਗਏ। ਠੀਕ ਆ, ਸੋ ਉਨੀ ਕੁ ਗੱਲ ਕਰੋ ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋਵੇ ਅਤੇ ਦੁਫਾੜ ਨਾ ਹੋਵੇ। ਇਹ ਵੀਡੀਓ ਨੂੰ ਜ਼ਰੂਰ ਮੇਰੇ ਭਰਾ ਸ਼ੇਅਰ ਕਰਨ, ਰਮਨਦੀਪ ਸਿੰਘ ਨਿਹੰਗ ਅਤੇ ਵਿੱਕੀ ਥੋਮਸ ਤੱਕ ਭੇਜਣ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।